ਪਿਆਰੇ ਵਿਦਿਆਰਥੀਓ, ਮੈਂ ਹਾਂ ਤੁਹਾਡਾ ਆਪਣਾ ਅਧਿਆਪਕ ਰਾਜਕੁਮਾਰ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪਲ ਕਲਾਂ ਅੰਮ੍ਰਿਤਸਰ ਤੋਂ ਹਿਸਟਰੀ ਲੈਕਚਰਾਰ। ਤੁਹਾਡੀ ਕਲਾਸ ਦਾ ਵਿਸ਼ਾ ਸਮਾਜਿਕ ਸਿੱਖਿਆ ਅਤੇ ਸਮਾਜਿਕ ਸਿੱਖਿਆ ਦਾ ਪਾਠ ਨੰਬਰ 7। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਮਾਜਿਕ ਸਿੱਖਿਆ ਜਿਹੜੀ ਹੈ ਉਸ ਦੇ ਵਿੱਚ 3 ਵੱਖ ਵੱਖ ਵਿਸ਼ੇ ਹੁੰਦੇ ਹਨ, ਭੂਗੋਲ ਹੈ, ਇਤਿਹਾਸ ਹੈ ਅਤੇ ਨਾਗਰਿਕ ਸ਼ਾਸਤਰ ਹੈ। ਹੁਣ ਇਹ ਤਿੰਨੋਂ ਵਿਸ਼ੇ ਜਿਹੜੇ ਨੇ, ਇਹਨਾਂ ਦੀ ਨੇਚਰ ਜਿਹੜੀ ਹੈ ਬਿਲਕੁਲ ਵੱਖਰੀ ਹੈ। ਇਹਨਾਂ ਦੇ ਵਿੱਚੋਂ ਜਿਹੜਾ ਵਿਸ਼ਾ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ, ਤੁਹਾਡੇ ਲਈ ਨਵਾਂ ਹੈ, ਜਿਹਨੂੰ ਅਸੀਂ ਇਤਿਹਾਸ ਜਾਂ ਹਿਸਟਰੀ ਕਹਿੰਦੇ ਹਾਂ। ਹੁਣ ਇਤਿਹਾਸ ਜਿਹੜਾ ਹੈ ਉਸ ਦੇ ਬਾਰੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਯਾਦ ਰੱਖਣੀ ਹੈ ਉਹ ਹੈ ਕਿ ਇਤਿਹਾਸ ਜਿਹੜਾ ਹੈ ਉਸਦਾ ਸੰਬੰਧ ਸਮੇਂ ਦੇ ਨਾਲ ਹੈ। ਜਦ ਵੀ ਸੋਸ਼ਲ ਸਟੱਡੀ ਪੜ੍ਹਨੀ ਹੈ, ਕਿਉਂਕਿ ਇਸ ਦੇ ਵਿੱਚ ਜੀਕੇ ਦਾ ਭੰਡਾਰ ਹੁੰਦਾ ਹੈ, ਤੁਹਾਡੇ ਹੱਥਾਂ ਦੇ ਵਿੱਚ ਪੈੱਨ ਅਤੇ ਕਾਪੀਆਂ ਜਿਹੜੀਆਂ ਨੇ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਨੋਟਿੰਗ ਜਿਹੜੀ ਹੈ ਉਹ ਲੈਣੀ ਸ਼ੁਰੂ ਕਰ ਦਿਓ। ਸੋ ਸਭ ਤੋਂ ਪਹਿਲੇ ਅਸੀਂ ਇਹ ਜਾਣਾਂਗੇ ਕਿ ਆਖਿਰ ਇਤਿਹਾਸ ਹੈ ਕੀ ਹੈ। ਅਤੇ ਮੈਂ ਤੁਹਾਨੂੰ ਕਿਹਾ ਸੀਗਾ ਇਤਿਹਾਸ ਬੀਤੇ ਹੋਏ ਸਮੇਂ ਦੇ ਨਾਲ ਸੰਬੰਧ ਰੱਖਦਾ ਹੈ। ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ 3 ਵੱਖਰੇ ਵੱਖਰੇ ਸਮੇਂ ਨੇ, ਭੂਤਕਾਲ ਹੈ, ਵਰਤਮਾਨ ਹੈ ਤੇ ਭਵਿੱਖ ਹੈ। ਇਹਦੇ ਵਿੱਚ ਅਸੀਂ ਜਿਹੜੀ ਗੱਲ ਯਾਦ ਰੱਖਣੀ ਹੈ ਇਤਿਹਾਸ ਦੇ ਸੰਬੰਧ ਵਿੱਚ, ਉਹ ਹੈ ਕਿ ਇਤਿਹਾਸ ਦਾ ਸੰਬੰਧ ਸਿਰਫ ਤੇ ਸਿਰਫ ਬੀਤੇ ਹੋਏ ਸਮੇਂ ਦੇ ਨਾਲ ਹੈ। ਹਿਸਟਰੀ ਸ਼ਬਦ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਤੇ ਜਿਸਦਾ ਅਰਥ ਹੈ ਭੂਤਕਾਲ ਦਾ ਗਿਆਨ। ਇੱਕ ਗੱਲ ਜਿਹੜੀ ਅਸੀਂ ਸਾਰੀ ਜ਼ਿੰਦਗੀ ਯਾਦ ਰੱਖਣੀ ਹੈ ਐਜ਼ ਏ ਸਟੂਡੈਂਟ, ਕਿ ਹਿਸਟਰੀ ਦੀਆਂ ਸਭ ਤੋਂ ਸੌਖੀਆਂ ਪਰਿਭਾਸ਼ਾਵਾਂ ਕਿਹੜੀਆਂ ਨੇ? ਨੰਬਰ 1, ਇਤਿਹਾਸ ਭੂਤਕਾਲ ਦੀਆਂ ਘਟਨਾਵਾਂ ਦਾ ਲਿਖਤੀ ਵੇਰਵਾ ਹੈ। ਓਕੇ। ਨੰਬਰ 2, ਇਤਿਹਾਸ ਬੀਤੇ ਹੋਏ ਸਮੇਂ ਦਾ ਅਧਿਐਨ ਹੈ। ਤੇ ਨੰਬਰ 3, ਇਤਿਹਾਸ ਬੀਤੇ ਹੋਏ ਸਮੇਂ ਦੀ ਕਹਾਣੀ ਹੈ। ਨੈਕਸਟ ਸਾਡਾ ਜਿਹੜਾ ਪਾਠ ਹੈ ਇਸ ਲੈਸਨ ਦਾ, ਉਹ ਹੈ ਹਿਸਟੋਰੀਅਨ ਜਾਂ ਇਤਿਹਾਸਕਾਰ। ਇਹਨਾਂ ਦੇ ਬਾਰੇ 'ਚ ਅਸੀਂ ਯਾਦ ਰੱਖਣਾ ਹੈ ਕਿ ਬੀਤੇ ਹੋਏ ਸਮੇਂ ਦੀਆਂ ਘਟਨਾਵਾਂ ਦਾ ਅਧਿਐਨ ਅਤੇ ਉਹਨਾਂ ਦੇ ਵਾਪਰਨ ਦਾ ਕਾਰਨ ਦੱਸਣ ਵਾਲੇ ਇਤਿਹਾਸਕਾਰ ਹੁੰਦੇ ਹਨ। ਹੁਣ ਇਹਦੇ ਵਿੱਚ ਇੱਕ ਨਾਮ ਜਿਹੜਾ ਹੈ ਉਸ ਯਾਦ ਰੱਖਣਾ ਹੈ ਕਿ ਹੂ ਵਾਜ ਦਾ ਫਸਟ ਹਿਸਟੋਰੀਅਨ। ਮੰਨਿਆ ਜਾਂਦਾ ਹੈ ਕਿ ਹੀਰੋਡੋਟਸ ਜਿਹੜਾ ਕਿ ਇੱਕ ਯੂਨਾਨੀ ਸੀਗਾ, ਹੀ ਵਾਜ ਦਾ ਫਸਟ ਹਿਸਟੋਰੀਅਨ, ਕਿ ਹੀਰੋਡੋਟਸ ਨਾਮ ਦਾ ਇਤਿਹਾਸਕਾਰ ਜਿਹੜਾ ਸੀਗਾ ਉਹ ਧਰਤੀ ਦਾ ਸਭ ਤੋਂ ਪਹਿਲਾ ਇਤਿਹਾਸਕਾਰ ਮੰਨਿਆ ਜਾਂਦਾ ਹੈ। ਪਰ ਮੈਂ ਨਾਲ ਨਾਲ ਤੁਹਾਨੂੰ ਇਹ ਵੀ ਗੱਲ ਦੱਸਦਾ ਜਾਵਾਂ ਕਿ ਸਾਡੀ ਭਾਰਤ ਭੂਮੀ ਦੇ ਉੱਤੇ ਹੀਰੋਡੋਟਸ ਤੋਂ ਵੀ ਬਹੁਤ ਵੱਡੇ ਜਾਂ ਹੀਰੋਡੋਟਸ ਤੋਂ ਵੀ ਪਹਿਲੇ ਇਤਿਹਾਸ ਲਿਖਣ ਵਾਲੇ ਬਹੁਤ ਸਾਰੇ ਵਿਦਵਾਨ ਸਨ। ਸੋ ਪਿਆਰੇ ਵਿਦਿਆਰਥੀਓ, ਅਸੀਂ ਇਸ ਚੈਪਟਰ ਨੂੰ ਹੁਣ ਅੱਗੇ ਵਧਾਉਂਦੇ ਹਾਂ ਤੇ ਜਿਹੜਾ ਤੱਤ ਹੁਣ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਹਾਂ, ਦੈਟ ਇਜ਼ ਵੈਰੀ ਮੱਚ ਇੰਪੋਰਟੈਂਟ, ਇਹ ਬਹੁਤ ਜ਼ਰੂਰੀ ਹੈ। ਇਤਿਹਾਸ 2 ਹਿੱਸਿਆਂ ਦੇ ਵਿੱਚ ਡਿਵਾਈਡ ਹੈ। ਇੱਕ ਨੂੰ ਅਸੀਂ ਈਸਵੀ ਕਹਿੰਦੇ ਹਾਂ, ਦੂਸਰੇ ਨੂੰ ਅਸੀਂ ਈਸਾ ਪੂਰਵ ਕਹਿੰਦੇ ਹਾਂ। ਹੁਣ ਕੀ ਹੈ ਈਸਾ ਪੂਰਵ? ਈਸਾ ਪੂਰਵ ਉਹ ਸਾਲ ਹੁੰਦੇ ਹਨ ਜਿਹਦਾ ਸੰਬੰਧ ਈਸਾ ਮਸੀਹ ਦੇ ਜਨਮ ਤੋਂ ਪਹਿਲੇ ਦਾ ਸਮਾਂ ਮੰਨਿਆ ਜਾਂਦਾ ਹੈ। ਹੁਣ ਈਸਵੀ ਸਾਲ ਕਿਹੜੇ ਨੇ? ਇਹ ਉਹ ਸਾਲ ਹਨ, ਇਹ ਉਹ ਸਮਾਂ ਹੈ ਜਿਹੜਾ ਕਿ ਈਸਾ ਮਸੀਹ ਦੇ ਜਨਮ ਤੋਂ ਬਾਅਦ ਦਾ ਸਮਾਂ ਮੰਨਿਆ ਜਾਂਦਾ ਹੈ। ਹੁਣ ਇਹਨਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ BC ਅਤੇ ADES ਕਹਿੰਦੇ ਹਾਂ। BC ਦਾ ਮਤਲਬ ਹੈ ਬਿਫੋਰ ਕ੍ਰਾਈਸਟ ਤੇ AD ਦਾ ਮਤਲਬ ਹੈ ਐਨੋ ਡੋਮਿਨੀ। ਹੁਣ ਅਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਆਖਿਰ ਇਤਿਹਾਸ ਦੇ ਬਾਰੇ ਚ ਪਤਾ ਕਿਵੇਂ ਲੱਗਦਾ ਹੈ।
ਸੋ ਹਜ਼ਾਰਾਂ ਸਾਲ ਪਹਿਲੇ ਦੀਆਂ ਵਾਪਰੀਆਂ ਘਟਨਾਵਾਂ ਨੂੰ ਮਨੁੱਖ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਲਿਖਤੀ ਅਤੇ ਪਦਾਰਥ ਵਿੱਚ ਛੱਡ ਗਏ ਅਤੇ ਇਹਨਾਂ ਤੋਂ ਸਾਨੂੰ ਬੀਤੇ ਸਮੇਂ ਦੀਆਂ ਘਟਨਾਵਾਂ ਦਾ ਗਿਆਨ ਹੁੰਦਾ ਹੈ, ਉਸ ਨੂੰ ਇਤਿਹਾਸਿਕ ਸਰੋਤ ਕਿਹਾ ਜਾਂਦਾ ਹੈ। ਜਾਂ ਕਿਸੇ ਕਿਰਿਆ ਨੂੰ ਕਿਸੇ ਵੀ ਰੂਪ ਵਿੱਚ ਪੂਰਾ ਕਰਨ ਵਿੱਚ ਸਹਾਇਕ ਪਦਾਰਥ ਜਾਂ ਸ਼ਬਦਾਵਲੀ ਜਿਹੜੀ ਹੁੰਦੀ ਹੈ ਉਸਨੂੰ ਸਰੋਤ ਕਹਿੰਦੇ ਹਨ। ਸੋ ਪੁਰਾਤਨ ਸਰੋਤਾਂ ਵਿੱਚ ਸਾਹਿਤ, ਖੰਡਰ, ਪੁਰਾਤਨ ਇਮਾਰਤਾਂ, ਸਿੱਕੇ ਅਤੇ ਖੁਦਾਈ ਵਿੱਚ ਮਿਲੀਆਂ ਵਸਤਾਂ ਹਨ। ਸੋ ਹੁਣ ਸਭ ਤੋਂ ਪਹਿਲੇ ਅਸੀਂ ਟੱਚ ਕਰਾਂਗੇ ਕਿ ਸਾਹਿਤ ਜਿਹੜਾ ਹੈ ਉਹ ਇਤਿਹਾਸ ਦਾ ਸਰੋਤ ਜਿਹੜਾ ਹੈ ਉਹ ਕਿਵੇਂ ਕਹਾਉਂਦਾ ਹੈ। ਸੋ ਇਹਦੇ ਵਿੱਚ ਅਸੀਂ ਯਾਦ ਰੱਖਣਾ ਹੈ ਕਿ ਸਾਹਿਤ ਜਿਹੜਾ ਹੈ ਉਸਦੇ ਵਿੱਚ ਵੇਦ ਹਨ, ਬ੍ਰਾਹਮਣ ਗ੍ਰੰਥ ਹਨ, ਉਪਨਿਸ਼ਦ ਹਨ, ਪੁਰਾਣ ਹਨ, ਪੁਰਾਤਨ ਕਵੀਆਂ ਵਿਚਾਰਕਾਂ ਦੀਆਂ ਜਿਹੜੀਆਂ ਨੇ ਲਿਖਤਾਂ ਨੇ। ਇਹਨਾਂ ਵਿੱਚ ਸਿਰਫ ਲੇਖਕ ਹੀ ਨਹੀਂ ਹਨ, ਇਹਨਾਂ ਦੇ ਵਿੱਚ ਵਿਗਿਆਨੀ ਵੀ ਹਨ, ਇਹਨਾਂ ਦੇ ਵਿੱਚ ਰਾਜਨੀਤੀ ਨਾਲ ਸੰਬੰਧ ਰੱਖਣ ਵਾਲੇ ਲੋਕ ਵੀ ਹਨ। ਸੋ ਇਹਨਾਂ ਦੇ ਬਾਰੇ 'ਚ ਕੁਝ ਜ਼ਿਆਦਾ ਚਾਨਣਾ ਜਿਹੜਾ ਹੈ, ਜਿਹਨਾਂ ਨੂੰ ਅਸੀਂ ਲਿਖਤੀ ਤੌਰ 'ਤੇ ਹੁਣ ਨੋਟਸ ਲੈਣੇ ਨੇ, ਉਹ ਕੀ ਹੈ ਕਿ ਜਿਹੜੇ ਚਾਰ ਵੇਦਾਂ ਦੇ ਨਾਮ ਅਸੀਂ ਯਾਦ ਕਰਨੇ ਨੇ ਉਹ ਹਨ ਰਿਗਵੇਦ, ਯਜੁਰਵੇਦ, ਅਥਰਵਵੇਦ ਅਤੇ ਸਾਮਵੇਦ। ਸਾਡੀ ਹੀ ਭਾਰਤ ਭੂਮੀ ਜਿਹਦਾ ਇਤਿਹਾਸ ਜਿਹੜਾ ਹੈ ਬੜਾ ਗੌਰਵਸ਼ਾਲੀ ਹੈ, ਉਸ ਇਤਿਹਾਸ ਦੇ ਵਿੱਚ ਸਾਡੇ ਦੇਸ਼ ਦੀ ਧਰਤੀ ਦੇ ਉੱਤੇ ਸਭ ਤੋਂ ਪਹਿਲੇ ਮਹਾਂਕਾਵਿ ਰਚੇ ਗਏ ਸਨ, ਜਿਹਨਾਂ ਦੇ ਵਿੱਚ ਸਭ ਤੋਂ ਪਹਿਲਾ ਮਹਾਂਕਾਵਿ ਧਰਤੀ ਦਾ ਸੀਗਾ ਰਮਾਇਣ, ਜਿਸ ਦੀ ਰਚਨਾ ਭਗਵਾਨ ਵਾਲਮੀਕ ਜੀ ਨੇ ਕੀਤੀ ਸੀ। ਇਸ ਦੇ 24,000 ਸ਼ਲੋਕ ਹਨ। ਇਸ ਤੋਂ ਇਲਾਵਾ ਦੂਸਰਾ ਮਹਾਂਕਾਵਿ ਜਿਹੜਾ ਹੈ ਉਸਦੀ ਰਚਨਾ ਜਿਹੜੀ ਹੈ ਮਹਾਰਿਸ਼ੀ ਵੇਦ ਵਿਆਸ ਜੀ ਨੇ ਕੀਤੀ, 1,00,000 ਤੋਂ ਜ਼ਿਆਦਾ ਸ਼ਲੋਕ ਹਨ। ਇਸ ਦੇ ਵਿੱਚ ਕੌਰਵਾਂ ਤੇ ਪਾਂਡਵਾਂ ਦੀ ਕਹਾਣੀ ਹੈ, ਇਸਨੂੰ ਮਹਾਭਾਰਤ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਇਤਿਹਾਸਿਕ ਪੁਰਸ਼ ਹੋਏ ਹਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰਾਜਨੀਤੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਵੀ ਸਾਡੇ ਲਈ ਕਿਤਾਬਾਂ ਜਾਂ ਸਾਹਿਤ ਰਚਿਆ, ਜਿਵੇਂ ਕਿ ਅਰਥ ਸ਼ਾਸਤਰ ਨਾਮ ਦੀ ਕਿਤਾਬ ਜਿਹੜੀ ਹੈ ਉਹ ਰਾਜਨੀਤੀ ਦੇ ਮਾਹਰ ਚਾਣਕਿਆ ਨੇ ਲਿਖੀ ਸੀ। ਜ਼ੀਰੋ ਦੀ ਖੋਜ ਕਰਨ ਵਾਲੇ ਵਿਗਿਆਨੀ ਆਰੀਆ ਭੱਟ ਨੇ ਵੀ ਕਿਤਾਬਾਂ ਲਿਖੀਆਂ। ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਮਸ਼ਹੂਰ ਹਿੰਦੁਸਤਾਨ ਦੇ ਸ਼ੇਕਸਪੀਅਰ ਕਾਲੀਦਾਸ ਦੀ ਸਨ, ਜਿਨ੍ਹਾਂ ਨੇ ਮੇਘਦੂਤਮ, ਰਘਵੰਸ਼ਮ ਤੇ ਨਾ ਜਾਣੇ ਕਿੰਨੀਆਂ ਕਿਤਾਬਾਂ ਜਿਹੜੀਆਂ ਸੀਗੀਆਂ ਉਹ ਲਿਖੀਆਂ, ਜਿਹੜੀਆਂ ਕਿ ਸਾਨੂੰ ਇਤਿਹਾਸ ਦੇ ਜਾਣਨ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਸ ਤੋਂ ਇਲਾਵਾ ਪ੍ਰਾਚੀਨ ਨਿਯਮਾਂ ਅਤੇ ਕਾਨੂੰਨਾਂ ਤੇ ਲਿਖੀਆਂ ਕਿਤਾਬਾਂ ਨੂੰ ਸਮ੍ਰਿਤੀਆਂ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਮਨੂ ਸਮ੍ਰਿਤੀ ਉਸਦਾ ਇੱਕ ਵੱਡਾ ਉਦਾਹਰਣ ਹੈ। ਹੁਣ ਅਸੀਂ ਆਈਏ ਪੁਰਾਤੱਤਵ ਸਰੋਤ। ਪੁਰਾਤੱਤਵ ਸਰੋਤ ਕੀ ਹੁੰਦੇ ਹਨ? ਇਹਨਾਂ ਵਿੱਚ ਪੁਰਾਤਨ ਇਮਾਰਤਾਂ, ਬਰਤਨ, ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਮੂਰਤਾਂ, ਸਿੱਕੇ, ਪ੍ਰਾਚੀਨ ਅਭਿਲੇਖ ਅਤੇ ਸਮਾਰਕ ਸ਼ਾਮਿਲ ਹਨ। ਇਹ ਹੇਠ ਲਿਖਤ ਤਸਵੀਰਾਂ ਤੋਂ ਉਜਾਗਰ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਇਹ ਜਿਹੜੇ ਨਗਰ ਨੇ ਇਹ ਧਰਤੀ ਦੇ ਹੇਠਾਂ ਤੋਂ ਸਾਨੂੰ ਲੱਭੇ ਹਨ। ਸਿੰਧ ਘਾਟੀ ਦੀ ਸੱਭਿਅਤਾ ਨਾਮ ਦਾ ਚੈਪਟਰ ਤੁਸੀਂ ਅੱਗੇ ਪੜ੍ਹੋਗੇ, ਕਿਉਂਕਿ ਬੀਤੇ ਹੋਏ ਸਮੇਂ ਦੇ ਵਿੱਚ ਬਹੁਤ ਪਹਿਲਾਂ ਤੋਂ ਜਦੋਂ ਇਨਸਾਨੀ ਸੱਭਿਅਤਾ ਡਿਵੈਲਪ ਹੋਈ ਹੈ, ਧਰਤੀ ਦੇ ਹੇਠਾਂ ਕਈ ਕੁਦਰਤੀ ਆਫਤਾਂ ਕਾਰਨ ਨਗਰ ਜਿਹੜੇ ਨੇ ਉਹ ਦੱਬੇ ਗਏ ਤੇ ਬਾਅਦ ਵਿੱਚ ਜਦੋਂ ਖੁਦਾਈ ਹੁੰਦੀ ਹੈ ਤੇ ਸਾਨੂੰ ਇਹਨਾਂ ਦੇ ਬਾਰੇ 'ਚ ਜਾਣਕਾਰੀ ਪਤਾ ਚੱਲਦੀ ਹੈ। ਹਜ਼ਾਰਾਂ ਸਾਲ ਪਹਿਲੇ ਦਾ ਇਤਿਹਾਸ ਜਿਹੜਾ ਹੈ ਉਹ ਸਾਨੂੰ ਜਾਣਨ ਵਿੱਚ ਸਹਾਇਤਾ ਕਰਦਾ ਹੈ ਤੇ ਕੌਣ ਹੁੰਦੇ ਹਨ ਜਿਹੜੇ ਕਿ ਇਹਨਾਂ ਦੇ ਸਮੇਂ ਦੇ ਬਾਰੇ 'ਚ ਜਾਂ ਇਹਨਾਂ ਦੀ ਪੁਰਾਤਨਤਾ ਦਾ ਸਾਨੂੰ ਗਿਆਨ ਦਿੰਦੇ ਹਨ। ਉਹ ਹੁੰਦੇ ਹਨ ਆਰਕਿਓਲੋਜਿਸਟ ਜਾਂ ਫਿਰ ਪੁਰਾਤੱਤਵ ਵਿਗਿਆਨੀ।
ਸੋ ਪੁਰਾਤੱਤਵ ਵਿਗਿਆਨੀ ਜਿਹੜੇ ਨੇ ਉਹ ਇਤਿਹਾਸਕਾਰਾਂ ਤੋਂ ਥੋੜੇ ਵੱਖ ਹੁੰਦੇ ਨੇ, ਵਿਗਿਆਨ ਦੇ ਨਾਲ ਸੰਬੰਧ ਹੁੰਦਾ ਹੈ ਇਹਨਾਂ ਦਾ, ਤੇ ਜੋ ਵਿਅਕਤੀ ਪੁਰਾਤੱਤਵ ਸਰੋਤਾਂ ਦਾ ਅਧਿਐਨ ਕਰਦਾ ਹੈ ਉਸਨੂੰ ਪੁਰਾਤੱਤਵ ਵਿਗਿਆਨੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕਰੰਸੀ, ਜਿਵੇਂ ਕਿ ਤੁਹਾਡੀ ਜੇਬ 'ਚ ਵੀ ਪੈਸੇ, ਮੇਰੀ ਜੇਬ 'ਚ ਵੀ ਪੈਸੇ, ਦੁਨੀਆ ਹੀ ਪੈਸੇ 'ਚ ਚਲਦੀ ਹੈ। ਸੋ ਪਿਆਰੇ ਬੱਚੋ, ਇਹ ਜਿਹੜਾ ਪੈਸਾ ਹੈ, ਜਿਹੜੀ ਕਰੰਸੀ ਹੈ, ਇਹ ਬੀਤੇ ਸਮੇਂ ਤੋਂ ਹੀ ਇਸ ਸਮਾਜ ਦਾ, ਇਸ ਦੁਨੀਆ ਦਾ ਚੱਲਣ ਰਿਹਾ ਹੈ, ਹਿੱਸਾ ਰਿਹਾ ਹੈ। ਪੁਰਾਣੇ ਸਮੇਂ ਦੇ ਰਾਜੇ ਮਹਾਰਾਜੇ ਆਪਣੇ ਸਮੇਂ ਵਿੱਚ ਸਿੱਕੇ ਜਾਰੀ ਕਰਦੇ ਸਨ, ਸੋਨੇ ਦੇ ਸਿੱਕੇ, ਚਾਂਦੀ ਦੇ ਸਿੱਕੇ, ਤਾਂਬੇ ਦੇ ਸਿੱਕੇ, ਕਾਂਸੇ ਦੇ ਸਿੱਕੇ, ਪਿੱਤਲ ਦੇ ਸਿੱਕੇ। ਸੋ ਇਹ ਸਾਰੇ ਸਿੱਕਿਆਂ ਤੋਂ ਸਾਨੂੰ ਉਸ ਸਮੇਂ ਦੇ ਸਿਰਫ ਸਮਾਜ ਜਾਂ ਰਾਜਤੰਤਰ ਦੀ ਹੀ ਜਾਣਕਾਰੀ ਨਹੀਂ ਸੀ ਮਿਲਦੀ, ਬਲਕਿ ਇਸ ਤੋਂ ਇਲਾਵਾ ਸਾਨੂੰ ਉਸ ਸਮੇਂ ਦਾ ਜਿਹੜਾ ਸਮਾਜ ਸੀਗਾ ਉਹਦੀ ਅਮੀਰੀ ਜਾਂ ਗਰੀਬੀ ਬਾਰੇ ਵੀ ਪਤਾ ਚੱਲਦਾ ਹੈ। ਨੈਕਸਟ ਆ ਜਾਂਦਾ ਹੈ ਸਮਾਰਕ। ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ, ਬਹੁਤ ਸਾਰੇ ਮਹਿਲ, ਜਿਵੇਂ ਕਿ ਜੇਕਰ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਤੇ ਜਲਿਆਂਵਾਲਾ ਬਾਗ ਇੱਕ ਬਹੁਤ ਵੱਡਾ ਸਮਾਰਕ ਹੈ, ਇਤਿਹਾਸਿਕ ਸਮਾਰਕ ਹੈ। ਸੋ ਇਹ ਸਾਰੇ ਸਮਾਰਕ ਜਿਹੜੇ ਨੇ ਹਜ਼ਾਰਾਂ ਸਾਲ ਪਹਿਲਾਂ ਤੋਂ ਧਰਤੀ ਦੇ ਉੱਤੇ ਬਹੁਤ ਸਾਰੇ ਮਹਿਲ ਬਣੇ, ਕਿਲੇ ਬਣੇ, ਠੀਕ ਹੈ, ਉਹ ਖੰਡਰਾਂ ਦੇ ਰੂਪ ਵਿੱਚ ਵੀ ਜੇਕਰ ਸਾਨੂੰ ਮਿਲਦੇ ਨੇ ਤੇ ਉਹ ਸਾਰੇ ਦੇ ਸਾਰੇ ਇਤਿਹਾਸਿਕ ਸਮਾਰਕ ਹਨ। ਇਤਿਹਾਸਿਕ ਸਮਾਰਕਾਂ ਤੋਂ ਬਾਅਦ ਇਸ ਲੈਸਨ ਦਾ ਜਿਹੜਾ ਲਾਸਟ ਸਾਡੇ ਕੋਲ ਪਾਰਟ ਹੈ, ਦੈਟ ਇਜ਼ ਐਪੀਗ੍ਰਾਫੀ ਜਾਂ ਸ਼ਿਲਾਲੇਖ। ਹੁਣ ਇਹ ਸ਼ਿਲਾਲੇਖ ਕੀ ਨੇ? ਪੱਥਰ ਦੇ ਸਤੰਭ, ਚਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ ਜਾਂ ਮੰਦਰਾਂ ਅਤੇ ਗੁਫਾਵਾਂ ਵਿੱਚ ਲਿਖੇ ਸ਼ਿਲਾਲੇਖ ਪੁਰਾਤਨ ਇਤਿਹਾਸ ਨੂੰ ਜਾਣਨ ਦਾ ਵੱਡਾ ਜ਼ਰੀਆ ਹਨ। ਇਹਨਾਂ ਨੂੰ ਪੜ੍ਹਨ ਦੀ ਵਿਦਿਆ ਨੂੰ ਪੁਰਾਲੇਖ ਕਿਹਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਇਹ ਜਿੰਨੀਆਂ ਗੱਲਾਂ ਅੱਜ ਤੁਹਾਡੇ ਨਾਲ ਤੁਹਾਡੇ ਇਸ ਲੈਸਨ ਦੇ ਸੰਬੰਧ ਵਿੱਚ ਡਿਸਕਸ ਕੀਤੀਆਂ ਹਨ ਤੁਹਾਨੂੰ ਸਮਝ ਆਈਆਂ ਹੋਣਗੀਆਂ। ਆਓ ਜਾਣੀਏ ਕਿ ਕਿਹੜੀਆਂ ਗੱਲਾਂ ਇਸ ਲੈਸਨ ਦੀਆਂ ਬਹੁਤ ਯਾਦ ਰੱਖਣ ਯੋਗ ਹਨ। ਸੋ ਸਭ ਤੋਂ ਪਹਿਲੇ ਨੋਟ ਕਰੋ, ਇਤਿਹਾਸ ਬੀਤੇ ਹੋਏ ਸਮੇਂ ਦੀ ਕਹਾਣੀ ਜਾਂ ਅਧਿਐਨ ਹੈ। 2, ਇਤਿਹਾਸ ਨੂੰ ਜਾਣਨ ਦੇ ਸਰੋਤ ਸਾਹਿਤ, ਇਮਾਰਤਾਂ, ਸ਼ਿਲਾਲੇਖ, ਸਮਾਰਕ ਅਤੇ ਸਿੱਕੇ ਜਾਂ ਮੂਰਤੀਆਂ ਹਨ। 3, ਬੀਤੇ ਸਮੇਂ ਦੀ ਘੋਖ ਕਰਨ ਵਾਲੇ ਵਿਅਕਤੀਆਂ ਨੂੰ ਇਤਿਹਾਸਕਾਰ ਜਾਂ ਹਿਸਟੋਰੀਅਨ ਕਿਹਾ ਜਾਂਦਾ ਹੈ। 4, ਹੀਰੋਡੋਟਸ ਨੂੰ ਸਭ ਤੋਂ ਪਹਿਲਾਂ ਇਤਿਹਾਸਕਾਰ ਮੰਨਿਆ ਜਾਂਦਾ ਹੈ। 5, ਇਤਿਹਾਸ ਸਮੇਂ ਅਨੁਸਾਰ ਈਸਵੀ ਅਤੇ ਈਸਾ ਪੂਰਵ ਵਿੱਚ ਵੰਡਿਆ ਹੋਇਆ ਹੈ। 6, ਕੁੱਲ 4 ਵੇਦ ਹਨ, ਰਿਗਵੇਦ, ਯਜੁਰਵੇਦ, ਅਥਰਵਵੇਦ ਤੇ ਸਾਮਰਵੇਦ। ਰਮਾਇਣ ਅਤੇ ਮਹਾਭਾਰਤ ਮਹਾਕਾਵ ਹਨ। ਸ਼ਿਲਾਲੇਖ ਦੇ ਅਧਿਐਨ ਨੂੰ ਪੂਰਾ ਵਿਦਿਆ ਕਿਹਾ ਜਾਂਦਾ ਹੈ ਤੇ ਸਾਂਚੀ ਦਾ ਸਤੂਪ ਅਸ਼ੋਕ ਨੇ ਬਣਵਾਇਆ ਸੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਯਾਦ ਰਹਿਣਗੀਆਂ ਤੇ ਤੁਸੀਂ ਨੋਟ ਕਰ ਲਈਆਂ ਹੋਣਗੀਆਂ। ਹੁਣ ਇਤਿਹਾਸ ਨੂੰ ਹੋਰ ਵਧੀਆ ਢੰਗ ਦੇ ਨਾਲ ਖੇਡ ਖੇਡ ਵਿੱਚ ਕਿਵੇਂ ਯਾਦ ਕਰੀਏ ਕਿ ਸਾਨੂੰ ਹਮੇਸ਼ਾ ਯਾਦ ਰਹਿਣ, ਤੇ ਉਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ, ਜਿਹੜੀਆਂ ਰਾਈਮਸ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ, ਤੁਸੀਂ ਯਾਦ ਕਰੋਗੇ ਤੇ ਤੁਹਾਨੂੰ ਆਪਣੇ ਆਪ ਹੀ 6-7 ਪ੍ਰਸ਼ਨ ਜਿਹੜੇ ਨੇ ਉਹ ਯਾਦ ਹੋ ਜਾਣੇ ਨੇ ਇਸ ਲੈਸਨ ਦੇ ਨਾਲ ਸੰਬੰਧਿਤ। ਸੋ ਮੇਰੇ ਪਿੱਛੇ ਬੋਲਣਾ ਹੈ, ਰੱਬ ਮਨ ਦੇ ਪਾਸ ਹੈ ਤੇ ਮਹਾਭਾਰਤ ਦਾ ਲੇਖਕ ਮਹਾਰਿਸ਼ੀ ਵੇਦ ਵਿਆਸ ਹੈ। 2, ਫੁੱਲਾਂ ਦਾ ਹਾਰ ਹੈ ਤੇ ਵੇਦਾਂ ਦੀ ਗਿਣਤੀ 4 ਹੈ। ਡੱਬੀ ਵਿੱਚ ਰੰਗ ਹਨ ਤੇ ਇਤਿਹਾਸ ਦੇ 2 ਅੰਗ ਹਨ, ਈਸਵੀ ਤੇ ਈਸਾ ਪੂਰਵ। ਘੜੇ ਵਿੱਚ ਪਾਣੀ ਹੈ ਤੇ ਇਤਿਹਾਸ ਬੀਤੇ ਸਮੇਂ ਦੀ ਕਹਾਣੀ ਹੈ। ਲਾਈਫ ਇੱਕ ਮਿਸਟਰੀ ਹੈ ਤੇ ਹੀਰੋਡੋਟਸ ਫਾਦਰ ਆਫ ਹਿਸਟਰੀ ਹੈ। ਸਭ ਤੋਂ ਉੱਚੀ ਪੜਾਈ ਹੈ ਤੇ ਸ਼ਿਲਾਲੇਖ ਪੱਥਰਾਂ ਤੇ ਲਿਖੀ ਲਿਖਾਈ ਹੈ। ਪੈਰ ਲੱਗੀ ਸੱਟ ਹੈ ਤੇ ਜ਼ੀਰੋ ਦਾ ਖੋਜੀ ਆਰੀਆ ਭੱਟ ਹੈ।